ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਬਿਆਸ ਦਰਿਆ ਵਿੱਚ ਪਿਛਲੇ ਕਰੀਬ 5-6 ਮਹੀਨੇ ਪਹਿਲਾਂ ਮਰੀਆਂ ਹਜ਼ਾਰਾਂ ਟਨ ਮੱਛੀਆਂ ਦੇ ਕੇਸ ਨੂੰ ਦਿੱਲੀ ਦੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਇਸ ਸਬੰਧੀ ਅੱਜ ਸਥਾਨਕ ਬਟਾਲਾ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਪਣਾ ਦੁਖੜਾ ਰੋਂਦਿਆਂ ਸੁਸ਼ੀਲ ਕੁਮਾਰ ਪੁੱਤਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਸ ਕੋਲ ਸੰਨ 2017-18 ਦਾ ਬਿਆਸ ਦਰਿਆ ਵਿੱਚ ਮੱਛੀ ਦਾ ਠੇਕਾ ਸੀ ਜੋ ਉਸਨੇ 22 ਲੱਖ ਰੁਪਏ ਸਾਲਾਨਾ ਵਿੱਚ ਲਿਆ ਸੀ, ਜਿਸ ਤੋਂ ਉਹ 19 ਲੱਖ ਰੁਪਇਆ ਮੱਛੀ ਪਾਲਣ ਵਿਭਾਗ ਹੁਸ਼ਿਆਰਪੁਰ ਨੂੰ ਦੇ ਚੁੱਕੇ ਨੇ। ਮਿਤੀ 16 ਮਈ 2018 ਨੂੰ ਚੱਡਾ ਸ਼ੂਗਰ ਮਿੱਲ ਵੱਲੋਂ ਮਿਲਦਾ ਸੀਰਾ ਅਤੇ ਤੇਜ਼ਾਬੀ ਪਾਣੀ ਦਰਿਆ ਦੇ ਵਿੱਚ ਸੁੱਟਿਆ ਗਿਆ, ਜਿਸ ਨਾਲ ਬਿਆਸ ਦਰਿਆ ਦੇ ਵਿੱਚ ਹਜ਼ਾਰਾਂ ਟਨ ਮੱਛੀਆਂ ਮਰ ਗਈਆਂ, ਜਿਸ ਕਾਰਨ ਉਹਨਾਂ ਨੂੰ ਕਰੀਬ 50 ਤੋਂ 60 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਮੁੱਦਾ ਪ੍ਰੈਸ ਅਤੇ ਸੋਸ਼ਲ ਮੀਡੀਆ ਦੇ ਵਿੱਚ ਨੈਸ਼ਨਲ ਲੈਵਲ ਤੱਕ ਚੱਲਦਾ ਰਿਹਾ, ਪਰ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ, ਬਲਕਿ ਮੱਛੀ ਪਾਲਣ ਵਿਭਾਗ ਉਹਨਾਂ ਦੀ ਸਹਾਇਤਾ ਕਰਨ ਦੀ ਜਗ੍ਹਾ ਉਹਨਾਂ ਕੋਲੋਂ ਬਕਾਇਆ 3 ਲੱਖ ਰੁਪਏ ਦੀ ਮੰਗ ਕਰਦਾ ਰਿਹਾ। ਅਜਿਹਾ ਨਾ ਕਰਨ 'ਤੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਵੀ ਦੇ ਦਿੱਤੀ ਗਈ। ਇਨਸਾਫ ਲੈਣ ਲਈ ਉਹਨਾਂ ਨੇ ਮੱਛੀ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ SSP ਬਟਾਲਾ, SDM ਬਟਾਲਾ ਤੋਂ ਇਲਾਵਾ ਕੇਨ ਕਮਿਸ਼ਨਰ ਪੰਜਾਬ ਨੂੰ ਵੀ ਲਿਖਤ ਤੌਰ 'ਤੇ ਇਸ ਦੀ ਸ਼ਿਕਾਇਤ ਦਿੱਤੀ ਸੀ। ਉਹਨਾਂ ਦੇ ਵੱਲੋਂ ਵੀ ਇਸ ਕੇਸ ਨੂੰ ਹਾਈਕੋਰਟ ਦੇ ਵਿੱਚ ਲੁਕਾਉਣ ਦੀ ਵੀ ਕੋਸ਼ਿਸ਼ ਕੀਤੀ, ਲੇਕਿਨ ਪਤਾ ਚੱਲਿਆ ਕਿ ਇਹ ਕੇਸ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅਧੀਨ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਹੁਣ ਟ੍ਰਿਬਿਊਨਲ ਦੇ ਵੱਲੋਂ ਉਹਨਾਂ ਦਾ ਕੇਸ ਲਏ ਜਾਣ 'ਤੇ ਉਹਨਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਬੱਝੀ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਚੱਡਾ ਸ਼ੂਗਰ ਮਿੱਲ ਦੀ ਸਰਕਾਰ ਅਤੇ ਮੱਛੀ ਪਾਲਣ ਵਿਭਾਗ ਦੀ ਸਾਂਠ ਗਾਂਠ ਕਾਰਨ ਹੀ ਉਹਨਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਮੱਛੀ ਪਾਲਣ ਨੂੰ ਵਿਭਾਗ ਹੁਸ਼ਿਆਰਪੁਰ ਨੂੰ ਉਹਨਾਂ ਦੇ ਇਨਸਾਫ਼ ਦਿਵਾਉਣ ਦੇ ਲਈ ਅਤੇ ਹਰਜਾਨਾ ਦਿਵਾਉਣ ਵਾਸਤੇ ਵਾਰ ਵਾਰ ਗੁਹਾਰ ਲਗਾਈ, ਪਰ ਵਿਭਾਗ ਦੇ ਵੱਲੋਂ ਉਲਟਾ ਉਹਨਾਂ ਨੂੰ ਹੀ ਧਮਕੀਆਂ ਦਿੱਤੀਆਂ ਗਈਆਂ ਕਿ ਉਹ ਠੇਕੇ 'ਤੇ ਬਾਕੀ ਪੈਸਾ ਜਮ੍ਹਾਂ ਕਰਵਾਉਣ, ਨਹੀਂ ਤਾਂ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧ ਵਿੱਚ ਜਾਣਕਾਰੀ ਲੈਣ ਲਈ ਮੱਛੀ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਮਨਜੀਤ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ 3-4 ਮਹੀਨੇ ਪਹਿਲਾਂ ਸੁਸ਼ੀਲ ਕੁਮਾਰ ਨੂੰ ਬਕਾਇਆ ਪੈਸੇ ਜਮ੍ਹਾਂ ਕਰਾਉਣ ਲਈ ਕਿਹਾ ਸੀ। ਉਹਨਾਂ ਵੱਲੋਂ ਡਾਇਰੈਕਟਰ ਦੀ ਹਾਜ਼ਰੀ ਦੇ ਵਿੱਚ ਸੁਸ਼ੀਲ ਕੁਮਾਰ ਦਾ ਠੇਕਾ ਰੱਦ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਪੈਸੇ ਦੇਣ ਲਈ ਕਿਹਾ ਗਿਆ ਸੀ। ਮੇਰਾ ਨਾਮ ਸੁਸ਼ੀਲ ਕੁਮਾਰ ਹੈ ਜੀ, ਮੈਂ ਕਾਦੀਆਂ ਦਾ ਰਹਿਣ ਵਾਲਾ ਵਾਂ। ਪਿਛਲੇ ਦਿਨੀ ਮੇਰੇ ਕੋਲ ਮੱਛੀ ਦਾ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਪਾਣੀ ਦਾ ਮੱਛੀ ਦਾ ਠੇਕਾ ਸੀਗਾ ਦਰਿਆ ਬਿਆਸ ਦਾ। ਪਿਛਲੀ ਦਿਨੀ ਜੋ 16-17 ਮਈ ਨੂੰ ਕਾਂਡ ਹੋਇਆ ਕਿਹੜੀ ਸ਼ੂਗਰ ਮਿੱਲ ਆਪਣਾ AB ਗ੍ਰੇਨ ਦਾ ਤੇਜ਼ਾਬੀ ਪਾਣੀ ਜਿਹੜਾ ਇਹਨਾਂ ਨੇ ਸੀਰੇ ਵਾਲਾ ਦਰਿਆ ਸੁੱਟਿਆ ਸੀਗਾ, ਉਹਦੇ 'ਚ ਬਹੁਤ ਸਾਰੀ ਮੱਛੀ ਮਰ ਗਈ, ਜਿਹਦੇ ਨਾਲ ਕਿ ਸਭ ਤੋਂ ਮੇਜਰ ਨੁਕਸਾਨ ਮੇਰਾ ਹੋਇਆ ਸੀਗਾ। ਮੇਰਾ ਕੋਈ ਤਕਰੀਬਨ 50-60 ਲੱਖ ਦਾ ਨੁਕਸਾਨ ਹੋਇਆ ਸੀਗਾ। ਜਿਹਦੇ ਬਾਰੇ ਮੈਂ DC ਸਾਹਿਬ ਨੂੰ ਮਿਲਿਆ ਸੀਗਾ, ਉਹਨਾਂ ਮੈਨੂੰ SDM ਸਾਹਿਬ ਬਾਰੇ ਮਾਰ ਕੀਤਾ, ਉਹਦੇ ਮੈਂ SDM ਸਾਹਿਬ ਨੂੰ ਮਿਲਿਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ। ਫਿਰ ਮੈਂ SSP ਸਾਹਿਬ ਦੇ ਪੇਸ਼ ਹੋਇਆ ਕਿ ਇਹਨਾਂ ਦੇ ਪਰਚਾ ਕੀਤਾ ਜਾਵੇ, ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ। ਫਿਰ ਮੈਂ CM ਸਾਹਿਬ ਨੂੰ ਮਤਲਬ ਲੈਟਰਾਂ ਕੱਢੀਆਂ, ਜਿਹੜਾ ਮੈਨੂੰ ਜਵਾਬ ਆਇਆ, ਪਰ ਕਾਗਜ਼ੀ ਕਾਰਵਾਈ ਬੰਦ ਕਰਿਆ ਗਿਆ। ਮੈਨੂੰ ਕੋਈ ਹਜੇ ਤੱਕ ਕੋਈ ਭਰਮਾਈ ਮੇਰੀ ਨਹੀਂ ਹੋਈ, ਨਾ ਮੈਂ ਸੁਣਵਾਈ ਹੋਈ। ਮੈਂ ਜਗ੍ਹਾ ਜਗ੍ਹਾ ਭੜਕਦਾ ਰਿਹਾ, ਕਰਜ਼ਾ ਲੈ ਕੇ ਮੈਂ ਠੇਕੇ ਦੀ ਜਿਹੜਾ ਪੈਸਾ ਧਾਰਿਆ ਸੀਗਾ, ਜਿਹੜਾ ਹੁਣ ਤੱਕ ਵਿਆਜ ਭਰਦਾ ਪਿਆ, ਅਤੇ ਮੇਰੀ ਲੱਕ ਤੋੜ ਛੜੀ ਹੈ ਕਿ ਚੱਡਾ ਸ਼ੂਗਰ ਮਿੱਲ ਜਿਹੜੀ ਇਹਨੇ। ਅਤੇ ਉਸ ਤੋਂ ਬਾਅਦ ਮਤਲਬ ਮੈਂ ਆਪਣਾ ਡਿਪਟੀ ਡਾਇਰੈਕਟਰ ਹੁਸ਼ਿਆਰਪੁਰ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਕਿ ਮੇਰਾ ਤੁਸੀਂ ਮਤਲਬ ਮੇਰੇ ਨਾਲ ਕੋਪਰੇਟ ਕਰੋ, ਮੈਨੂੰ ਜਿਹੜਾ ਮਿੱਲ ਦੇ ਉੱਤੇ ਕਾਰਵਾਈ ਕਰਵਾ ਕੇ ਮੈਨੂੰ ਭਰਮਾਈ ਮੇਰੀ ਕੀਤੀ ਜਾਵੇ, ਪਰ ਮੈਨੂੰ ਕਿ ਮੇਰੇ ਡਿਪਾਰਟਮੈਂਟ ਨੇ, ਫਿਸ਼ਰੀ ਡਿਪਾਰਟਮੈਂਟ ਨੇ ਕੋਈ ਕੋਪਰੇਟ ਨਹੀਂ ਕੀਤਾ। ਉਸ ਤੋਂ ਬਾਅਦ ਮੈਂ GNT 'ਚ ਹੁਣ ਮੇਰਾ ਕੇਸ ਲੱਗਾ ਅਤੇ ਮੇਰੀ
ਗੁਜ਼ਾਰਿਸ਼ ਆ ਆਪਣੇ ਸਾਰੇ ਨਿਊਜ਼ ਚੈਨਲਾਂ ਦੇ ਔਰ ਪੱਤਰਕਾਰ ਭਰਾਵਾਂ ਨੂੰ ਕਿ ਮੇਰੀ ਮਦਦ ਕੀਤੀ ਜਾਏ ਤੇ ਮੈਨੂੰ ਇਨਸਾਫ਼ ਦਵਾਇਆ ਜਾਏ ਸਰਕਾਰ ਤੋਂ, ਔਰ ਸਰਕਾਰ ਨੂੰ ਚਾਹੀਦਾ ਕਿ ਮਤਲਬ ਕੀੜੀ ਮਿਲ ਤੇ ਕਾਰਵਾਈ ਕਰਕੇ ਮੇਰਾ ਜਿਹੜਾ ਨੁਕਸਾਨ ਏਡਾ ਵੱਡਾ ਹੋਇਆ, ਮੇਰਾ ਜਿਹੜਾ ਲੱਕ ਤੋੜਿਆ ਜਿਸ ਮਿਲ ਨੇ, ਉਹਦਾ ਜਿਹੜਾ ਨੁਕਸਾਨ ਦੀ ਭਰਮਾਈ ਕੀਤੀ ਜਾਵੇ। ਬਾਕੀ ਇਹ ਹੈ ਕਿ ਮੈਂ ਜਿੱਥੇ ਲੜਾਈ ਹੈ ਮੈਂ ਸੱਚ ਦੀ ਲੜਾਈ ਲੜ ਰਿਹਾ, ਜੇ ਮੈਨੂੰ ਸੁਪਰੀਮ ਕੋਰਟ ਦਾ ਵੀ ਜਾਣਾ ਪਿਆ ਤਾਂ ਮੈਂ ਜ਼ਰੂਰ ਜਾਊਂਗਾ। ਬਸ ਇਹ ਗੱਲ ਕਹਿੰਦਾ ਮੈਂ ਸਾਰੇ ਨਿਊਜ਼ ਚੈਨਲ ਦਾ ਧੰਨਵਾਦ। ਇਹ ਹੈ ਕਿ ਕੀੜੀ ਮਿਲਣ ਵਾਲੇ ਜਿਹੜੇ ਸਰਮਾਏਦਾਰ ਪਾਰਟੀ ਹੈ ਤੇ ਜਿੱਥੇ ਵੀ ਹਰ ਡਿਪਾਰਟਮੈਂਟ ਜਿਹੜਾ ਕੋਈ ਹੈਗਾ ਉਹਦੇ ਮਤਲਬ ਪੈਸੇ ਚਾੜ ਦਿੰਦੇ ਆ ਤੇ ਮੇਰਾ ਕੰਮ ਉੱਥੇ ਠੱਪ ਹੁੰਦਾ, ਮੇਰੇ ਵੱਲ ਕੋਈ ਕਹਿੰਦਾ ਅੱਜ ਤੱਕ ਕੋਈ ਮੇਰੀ ਸੁੱਖ ਨਹੀਂ ਲਈ ਜਾਂਦੀ। ਬਿਲਕੁਲ ਜੀ ਸਰਕਾਰ ਦੀ ਮਿਲੀ ਭਗਤੀ ਹੈ ਕਿਉਂਕਿ ਸਰਕਾਰ ਦਾ ਉਹਨਾਂ ਦੇ ਹੱਥ ਹੱਥ ਅੱਧੇ ਤੇ ਮੈਨੂੰ ਤਾਂ ਅੱਜ ਤੱਕ ਕੋਈ ਨੁਕਸਾਨ ਦਾ ਮੇਰਾ ਕੋਈ ਭਰਮਾਈ ਨਹੀਂ ਹੋ ਪਾਈ। ਬਟਾਲਾ ਤੋਂ ਰਿੰਕੂ ਰਾਜਾ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।